ਰੇੜੀ ਪੇਟ ਦਾ ਕੋਈ ਧਰਮ ਨਹੀਂ ਹੁੰਦਾ ਡੰਡੀ ਭੁੱਖੇ ਵਿਅਕਤੀ ਨੂੰ ਕੋਈ ਉਪਦੇਸ਼ ਨਹੀਂ ਸੁਣਦਾ ਡੰਡੀ ਜਦੋਂ ਭੁੱਖ ਲੱਗੀ ਹੋਵੇ ਉਸ ਸਮੇਂ ਬਹਿਸ ਨਹੀਂ ਕੀਤੀ ਜਾ ਸਕਦੀ ਡੰਡੀ ਭੁੱਖੇ ਆਦਮੀ ਕੋਲ ਰੋਟੀ ਰਾੜਨ ਜਾਂ ਆਲੂ ਛਿੱਲਣ ਦਾ ਸਬਰ ਨਹੀਂ ਹੁੰਦਾ ਡੰਡੀ ਭੁੱਖੇ ਬੰਦੇ ਲਈ ਹਰ ਸਮਾਂ ਖਾਣ ਲਈ ਸ਼ੁਭ ਹੁੰਦਾ ਹੈ ਡੰਡੀ ਭੁੱਖਿਆਂ ਦੇ ਦੇਸ਼ ਵਿੱਚ ਪਤੀਲੇ ਅਤੇ ਕੜਛੀ ਵਾਲਾ ਵਿਅਕਤੀ ਹੀ ਰਾਜਾ ਹੁੰਦਾ ਹੈ ਡੰਡੀ ਸਭ ਨੂੰ ਧੋਖਾ ਦਿੱਤਾ ਜਾ ਸਕਦਾ ਹੈ ਪਰ ਪੇਟ ਸਾਹਮਣੇ ਕੋਈ ਵੀ ਧੋਖਾ ਸਫਲ ਨਹੀਂ ਹੁੰਦਾ ਡੰਡੀ ਜੇ ਕੋਈ ਭੁੱਖਾ ਵਿਅਕਤੀ ਕਿਸੇ ਚੋਣ ਵਿੱਚ ਖੜਾ ਹੋ ਜਾਵੇ ਤਾਂ ਨਿਸ਼ਚੇ ਹੀ ਖਾਲੀ ਥਾਲੀ ਉਸ ਦਾ ਚੋਣ ਨਿਸ਼ਾਨ ਹੋਵੇਗੀ ਡੰਡੀ ਸਬੈਮਾਨ ਜਾਂ ਅਣਖ ਜਾਂ ਇੱਜ਼ਤ ਜਾਂ ਸਤਿਕਾਰ ਆਦ ਦੇ ਅਰਥ ਉਸੇ ਅਨੁਪਾਤ ਵਿੱਚ ਹੁੰਦੇ ਹਨ ਜਿਸ ਅਨੁਪਾਤ ਵਿੱਚ ਸਾਡੇ ਕੋਲ ਖਾਣ ਪੀਣ ਲਈ ਖੁੱਲਾ ਭੋਜਨ ਹੋਵੇ ਡੰਡੀ ਭੁੱਖੇ ਵਿਅਕਤੀ ਨੂੰ ਸਿਵਾਏ ਰੋਟੀ ਤੋਂ ਕੁਝ ਦਿਖਾਈ ਨਹੀਂ ਦਿੰਦਾ ਸੋ ਪੇਟ ਦੀ ਭੁੱਖ ਜਦੋਂ ਅੱਖਾਂ ਵਿੱਚ ਆ ਬਸੇ ਤਾਂ ਨੀਂਦਰ ਖਾਰਜ ਹੋ ਜਾਂਦੀ ਹੈ ਡੰਡੀ ਮਨੁੱਖ ਉਤਨਾ ਚਿਰ ਹੀ ਜਿਉਂਦਾ ਹੈ ਜਦੋਂ ਤੱਕ ਉਹ ਕੁਝ ਖਾ ਪੀ ਸਕਦਾ ਹੋਵੇ ਡੰਡੀ ਨਸਲ ਨੂੰ ਅੱਗੇ ਚਲਾਉਣ ਦੇ ਕਾਰਜ ਲਈ ਖਾਣਾ ਅਤੇ ਸੰਭੋਗ ਕਰਨਾ ਪ੍ਰਕਿਰਤੀ ਵੱਲੋਂ ਹਰ ਮਨੁੱਖ ਨੂੰ ਸੌਂਪੇ ਗਏ ਦੋ ਪ੍ਰਮੁੱਖ ਕਾਰਜ ਹਨ ਡੰਡੀ ਸੋਚਨਾ ਫਲਸਫੇ ਉਸਾਰਨਾ ਸਾਹਿਤ ਰਚਨਾ ਸੰਗੀਤ ਸਿਰਜਣਾ ਆਦ ਕਾਰਜ ਭੋਜਨ ਖਾਣ ਦੀ ਸਮੱਸਿਆ ਨੂੰ ਹੱਲ ਕਰਨ ਉਪਰੰਤ ਹੀ ਰੈਡੀ ਸੰਭਵ ਹੁੰਦੇ ਹਨ ਡੰਡੀ ਖਾਣਾ ਅਤੇ ਸੰਭੋਗ ਕਰਨਾ ਦੋ ਅਜਿਹੇ ਕਾਰਜ ਹਨ ਜਿਨ੍ਹਾਂ ਲਈ ਕਿਸੇ ਨੂੰ ਪ੍ਰੇਰਣਾ ਨਹੀਂ ਪੈਂਦਾ ਡੰਡੀ ਦੁਨੀਆ ਦੀ ਬਹੁ ਗਿਣਤੀ ਇਨ੍ਹਾਂ ਦੋ ਮੁੱਦਲੀਆਂ ਕਿਰਿਆਵਾਂ ਵਿੱਚ ਲੱਗੀ ਹੋਈ ਹੈ ਡੰਡੀ ਜਦੋਂ ਕੋਈ ਮਨੁੱਖ ਕੰਮ ਨੂੰ ਵੀ ਖਾਣ ਅਤੇ ਸੰਭੋਗ ਵਾਲੀ ਦਿਲਚਸਪੀ ਨਾਲ ਕਰੇ ਤਾਂ ਹੀ ਉਸ ਦੀ ਸ਼ਖਸੀਅਤ ਵਿਕਾਸ ਦੇ ਰਾਹ ਪੈਂਦੀ ਹੈ ਅਤੇ ਉਸ ਦਾ ਜੀਵਨ ਦੋ ਦੀ ਥਾਂ ਭੋਜਨ ਸੰਭੋਗ ਅਤੇ ਕੰਮ ਤਿੰਨ ਪਧਰਾਂ ਉੱਤੇ ਵਿਚਰਨਾ ਸ਼ੁਰੂ ਹੁੰਦਾ ਹੈ ਡੰਡੀ ਇਸ ਤੋਂ ਵੀ ਅਗਲੀ ਰੀ ਸਥਿਤੀ ਹੈ ਕੁਝ ਸਿਰਜਣ ਜਾਂ ਰਚਣ ਦੀ ਜਿਸ ਨਾਲ ਮਨੁੱਖ ਕਲਾਕਾਰ ਬਣ ਜਾਂਦਾ ਹੈ ਡੰਡੀ ਸੰਸਾਰ ਦੇ ਸਾਰੇ ਮਹਾਨ ਵਿਅਕਤੀ ਇਸ ਲਈ ਪ੍ਰਸਿੱਧ ਹਨ ਕਿਉਂਕਿ ਉਹ ਸਿਰਜਣਾ ਦੀ ਚੌਥੀ ਸਥਿਤੀ ਵਿੱਚ ਵਿਚਰਦੇ ਰਹੇ ਹਨ ਡੰਡੀ ਅਜਿਹੇ ਵਿਅਕਤੀਆਂ ਲਈ ਖਾਣ ਅਤੇ ਸੰਭੋਗ ਦੀ ਥਾਂ ਕੰਮ ਅਤੇ ਸਿਰਜਣਾ ਮਹੱਤਮਪੂਰਨ ਹੋ ਜਾਂਦੇ ਹਨ ਡੰਡੀ ਜਿੰਨਾ ਲੋਕਾਂ ਕੋਲ ਭੋਜਨ ਖੁੱਲਾ ਹੁੰਦਾ ਹੈ ਪਰ ਸੱਭਿਆਚਾਰਕ ਅਮੀਰੀ ਨਹੀਂ ਹੁੰਦੀ ਉਹ ਤੁਹਾਨੂੰ ਅਰਥਪੂਰਨ ਗੱਲਬਾਤ ਰਾਹੀ ਨਹੀਂ ਭਰੀਆਂ ਪਲੇਟਾਂ ਨਾਲ ਪਰਮਾਉਣ ਦਾ ਯਤਨ ਕਰਨਗੇ ਡੰਡੀ ਸਾਡੇ ਮੱਧ ਕਾਲੀ ਰਾਜੇ ਮਹਾਰਾਜੇ ਖਾਣ ਅਤੇ ਸੰਭੋਗ ਦੀਆਂ ਲਾਲਸਾਵਾਂ ਅਤੇ ਭੁੱਖਾਂ ਵਿੱਚ ਉਲਝੇ ਰਹੇ ਹਨ ਅਤੇ ਨਤੀਜਾ ਇਹ ਹੋਇਆ ਹੈ ਕਿ ਅਸੀਂ ਸੱਭਿਆਚਾਰਕ ਵਿਕਾਸ ਦੇ ਰਾਹ ਪਏ ਹੀ ਨਹੀਂ ਡੰਡੀ ਸਾਡੇ ਕੋਲ ਅਮੀਰੀ ਦਾ ਸੰਕਲਪ ਹੀ ਨਹੀਂ ਹੈ ਅਤੇ ਨਤੀਜੇ ਵਜੋਂ ਅਸੀਂ ਖਾਣ ਪੀਣ ਅਤੇ ਹੰਡਾਉਣ ਅਤੇ ਸੰਭੋਗ ਦੀਆਂ ਖੁੱਲੀਆਂ ਸੁਭਾਵਨਾਵਾਂ ਨੂੰ ਹੀ ਅਮੀਰੀ ਸਮਝਣ ਦਾ ਭਲੇਖਾ ਦੂਜਾ ਵਾਰਾ ਸਟਾਰਟ ਰੈਡੀ ਖਾ ਬੈਠੇ ਹਾਂ ਡੰਡੀ ਖਾਣਾ ਨਿਰਸੰਦੇਹ ਜੀਵਨ ਦਾ ਇੱਕ ਮਹੱਤਮਪੂਰਨ ਅਮਲ ਹੈ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਖਾਣ ਲਈ ਜਾਂਦੇ ਹਾਂ ਜਾਂ ਜਾਉਣ ਲਈ ਖਾਂਦੇ ਹਾਂ ਪ੍ਰਸ਼ਨ ਚਿੰਨ ਭੁੱਖ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਸਾਡੀ ਸੋਚ ਉਸਾਰਦਾ ਹੈ ਡੰਡੀ ਇੱਕ ਸਿਆਣੇ ਨੇ ਕਿਹਾ ਹੈ ਮੈਨੂੰ ਦੱਸੋ ਤੁਸੀਂ ਕੀ ਖਾਂਦੇ ਹੋ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕੀ ਹੋ ਅਤੇ ਕੀ ਸੋਚਦੇ ਹੋ ਡੰਡੀ ਭਾਰਤ ਵਿੱਚ ਅਹਿੰਸਾਵਾਦ ਦਾ ਪ੍ਰਚਾਰ ਸੰਭਵ ਹੀ ਤਾਂ ਹੋਇਆ ਜਦੋਂ ਅਸੀਂ ਆਪਣੇ ਭੋਜਨ ਵਿੱਚੋਂ ਮਨ ਨੂੰ ਪਟਕਾਉਣ ਅਤੇ ਵਿਕਾਰ ਉਪਜਾਉਣ ਅਤੇ ਉਤੇਜਿਤ ਕਰਨ ਵਾਲੀ ਸਮੱਗਰੀ ਹੀ ਖਾਰਜ ਕਰ ਦਿੱਤੀ ਡੰਡੀ ਬਹਾਦਰ ਜਾਨਵਰ ਉਹੀ ਗਿਨੇ ਜਾਂਦੇ ਹਨ ਜਿਹੜੇ ਮਾਸ ਖਾਂਦੇ ਹਨ ਅਤੇ ਦੁਨੀਆਂ ਦੀਆਂ ਬਹਾਦਰ ਕੌਮਾਂ ਵੀ ਮਾਸ ਖਾਣ ਵਾਲੇ ਲੋਕਾਂ ਦੀਆਂ ਹੀ ਹਨ ਪਰ ਆਤਮਿਕ ਸੋਚ ਉਡਾਰੀਆਂਾਸ ਮਾਸ ਖਾਣ ਵਾਲੀਆਂ ਕੌਮਾਂ ਨੇ ਹੀ ਲਾਈਆਂ ਹਨ ਡੰਡੀ ਜਿਸ ਕਿਸਮ ਦਾ ਅਸੀਂ ਭੋਜਨ ਖਾਂਦੇ ਹਾਂ ਉਸੇ ਅਨੁਸਾਰ ਹੀ ਸਾਡੀ ਸੋਚ ਉਸਰਦੀ ਹੈ ਅਤੇ ਜੀਵਨ ਆਦਰਸ਼ ਉੱਬਰਦੇ ਹਨ ਟੰਡੀ ਸਪਸ਼ਟ ਹੈ ਕਿ ਭੋਜਨ ਸਾਡੀ ਸ਼ਖਸੀਅਤ ਅਤੇ ਸੋਚ ਉਸਾਰੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਡੰਡੀ ਆਪਣੇ ਜੀਵਨ ਆਦਰਸ਼ਾ ਆਪਣੀ ਸੋਚ ਅਤੇ ਆਪਣੀ ਲੋੜ ਅਨੁਸਾਰ ਹੀ ਸਾਨੂੰ ਆਪਣਾ ਭੋਜਨ ਨਿਰਧਾਰਤ ਕਰਨਾ ਚਾਹੀਦਾ ਹੈ ਡੰਡੀ ਕਿਸੇ ਜੁਨਾਨੀ ਨੇ ਫਲਾਸਪਰ ਡੀਜੇ ਨੂੰ ਪੁੱਛਿਆ ਮਨੁੱਖ ਨੂੰ ਭੋਜਨ ਕਦੋਂ ਖਾਣਾ ਚਾਹੀਦਾ ਹੈ? ਪ੍ਰਸ਼ਨ ਚਿੰਨ। ਉੱਤਰ ਮਿਲਿਆ। ਅਮੀਰ ਨੂੰ ਉਦੋਂ ਜਦੋਂ ਉਸ ਦਾ ਦਿਲ ਕਰੇ ਅਤੇ ਗਰੀਬ ਨੂੰ ਉਦੋਂ ਰੈਡੀ ਜਦੋਂ ਮਿਲ ਜਾਵੇ ਡੰਡੀ। ਬੱਚੇ ਅਤੇ ਜਵਾਨ ਵਿਅਕਤੀ ਕਿਸੇ ਵੀ ਵੇਲੇ ਕੁਝ ਵੀ ਖਾ ਸਕਦੇ ਹਨ ਪਰ ਸਿਆਣੀ ਉਮਰ ਦੇ ਵਿਅਕਤੀ ਉਸ ਸਮੇਂ ਅਤੇ ਲੋੜ ਅਨੁਸਾਰ ਖਾਂਦੇ ਹਨ ਡੰਡੀ ਕਿਸੇ ਵਿਅਕਤੀ ਨੂੰ ਖਾਂਦਿਆਂ ਵੇਖ ਕੇ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਖੁੱਲ੍ਹਦਲਾ ਹੈ ਜਾਂ ਕੰਜੂਸ ਫਜ਼ੂਲ ਖਰਚ ਹੈ ਜਾਂ ਸੰਜਮੀ ਪਰ ਉਪਕਾਰੀ ਹੈ ਜਾਂ ਸੁਆਰਥੀ ਮਿਲ ਵਰਤਨ ਵਾਲਾ ਹੈ ਜਾਂ ਹੋਛਾ ਪਰੰਪਰਾ ਪੂਜ ਹੈ ਜਾਂ ਅਗਾ ਵਦੂ ਡੰਡੀ ਕਈ ਵਿਅਕਤੀਆਂ ਦਾ ਭੋਜਨ ਨਾਲ ਢਿੱਡ ਤਾਂ ਭਰ ਜਾਂਦਾ ਹੈ ਪਰ ਉਹਨਾਂ ਦੀ ਅੱਖ ਨਹੀਂ ਰਜਦੀ ਡੰਡੀ ਸੁਸਤ ਬੰਦਿਆਂ ਦਾ ਢਿੱਡ ਕਦੀ ਨਹੀਂ ਪਰਦਾ ਹੀ ਨਹੀਂ ਅਤੇ ਮੰਗਤਿਆਂ ਦਾ ਮੂੰਹ ਲੈਟਰ ਬਾਕਸ ਬਾਗ ਸਦਾ ਖੁੱਲਾ ਰਹਿੰਦਾ ਹੈ ਡੰਡੀ ਮੰਗਤੇ ਸਮਾਜ ਨੂੰ ਕੋਈ ਯੋਗਦਾਨ ਨਹੀਂ ਦਿੰਦੇ ਸਗੋਂ ਉਹਨਾਂ ਦੇ ਮੂੰਹ ਉੱਤੇ ਲਿਖਿਆ ਹੁੰਦਾ ਹੈ ਹੋਰ ਲਿਆਓ ਹੋਰ ਲਿਆਓ ਡੰਡੀ ਬਹੁਤ ਲੋਕ ਭੋਜਨ ਦੇ ਪੱਖੋਂ ਮੰਗਤਿਆਂ ਵਾਲਾ ਕਾਰਜ ਹੀ ਨਿਭਾਉਣ ਵਿੱਚ ਰੁੱਝੇ ਹੋਏ ਹਨ ਡੰਡੀ ਸਭ ਪ੍ਰਕਾਰ ਦੇ ਸੰਜਮ ਖਾਣ ਦੇ ਸੰਜਮ ਤੋਂ ਆਰੰਭ ਹੁੰਦੇ ਹਨ ਡੰਡੀ ਜਿਹੜਾ ਖਾਣ ਵਿੱਚ ਬੇਨੇਮਾ ਹੈ ਉਹ ਸਮੇ ਦਾ پابੰਦ ਨਹੀਂ ਹੋ ਸਕਦਾ ਨਾ ਹੀ ਉਸ ਨੂੰ ਆਪਣੀ ਆਮਦਨ ਵਿੱਚ ਗੁਜ਼ਾਰਾ ਕਰਨ ਦੀ ਆਦਤ ਹੁੰਦੀ ਹੈ ਡੰਡੀ ਜਿੰਨਾ ਘਰਾਂ ਵਿੱਚ ਖਾਣ ਦਾ ਸੰਜਮ ਨਹੀਂ ਹੁੰਦਾ ਉੱਥੇ ਹੋਰ ਭਾਵੇਂ ਕੁੱਝ ਹੋਵੇ ਸਰੀਰਕ ਸੁੰਦਰਤਾ ਜਾਂ ਗਿਆਨ ਦੀ ਅਮੀਰੀ ਨਹੀਂ ਹੋਵੇਗੀ ਡੰਡੀ ਜਿਸ ਵਿਅਕਤੀ ਨੂੰ ਬਿਨਾਂ ਕੰਮ ਕੀਤਿਆਂ ਭੋਜਨ ਮਿਲਣ ਲੱਗ ਜਾਵੇ ਉਸ ਨੂੰ ਕੰਮ ਕਰਨ ਦੀ ਆਦਤ